ਜੀ 550 ਬੂਟਾ ਇੱਥੇ ਮੈਂ ਇਸ ਕਲੱਬ ਵੱਲੋਂ ਨਰੇਗਾ ਤਹਿਤ ਆਪਣੇ ਪੂਰਨਜੀਤ ਸਵੇਕ ਜੀ ਇਹਨਾਂ ਨੇ ਬਹੁਤ ਉਪਰਾਲਾ ਕੀਤਾ ਮੈਨੂੰ ਵੀ ਬੁਲਾਇਆ ਮੈਂ ਵੀ ਬਹੁਤ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਇਹ ਬੂਟਾ ਲਾ ਲਵਾਇਆ ਇਹਨਾਂ ਨੇ ਅਤੇ 550 ਬੂਟਾ ਇਹ ਲਾ ਰਹੇ ਨੇ ਵਾਤਾਵਰਨ ਦੇ ਵਿੱਚ ਬਹੁਤ ਵੱਡਾ ਇਹਨਾਂ ਦਾ ਮੈਂ ਇਸ ਪਿੰਡ ਵੱਲੋਂ ਯੋਗਦਾਨ ਪਾਇਆ ਜਾਂਦਾ ਬਹੁਤ ਵਧੀਆ ਉਪਰਾਲਾ ਇਹ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ 'ਤੇ ਚੱਲਦੇ ਹੋਏ ਹਰੇਕ ਪਿੰਡ ਦੇ ਵਿੱਚ ਉਹਨਾਂ ਨੇ ਕਿਹਾ ਵੀ 550 ਬੂਟਾ ਤਕਰੀਬਨ ਹਰੇਕ ਪੰਚਾਇਤ ਲਵਾਵੇ ਜਿਹੜੀ ਇਹ ਅੱਜ ਮੈਂ ਇਸ ਪਿੰਡ ਨੇ ਬਹੁਤ ਵਧੀਆ ਪਹਿਲ ਕੀਤੀ ਆ ਮੈਂ ਇਹਨਾਂ ਨੂੰ ਵਧਾਈ ਵੀ ਦਿੰਦਾ ਇਹ ਮੁਬਾਰਕਬਾਦ ਧੰਨਵਾਦ ਕਰਦੇ ਹਾਂ ਸਰਦਾਰ ਸਾਧੂ ਸਿੰਘ ਧਰਮਸੋਤ ਜੀ ਦਾ ਅਤੇ ਇੱਛੇ ਮਾਨ ਜੀ ਭੋਜੋ ਮਾਜਰੀ ਚੇਅਰਮੈਨ ਬਲੋਕ ਨਾਭਾ ਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਉਤਸ਼ਾਹ ਇੰਨਾ ਹੌਸਲਾ ਦਿੱਤਾ ਵੀ ਤੁਸੀਂ ਇਹ ਕੰਮ ਕਰੋ ਹਰਿਆਲੀ ਆਪਣੇ ਨਗਰ ਵਾਸਤੇ ਅਸੀਂ 550 ਬੂਟਾ ਅੱਜ ਲਾਇਆ ਸਾਰੀ ਸਾਡੀ ਟੀਮ ਕਾਂਗਰਸ ਦੀ ਨਾਲ ਆ ਸਾਰੀ ਟੀਮ ਨੇ ਵੱਧ ਚੜ੍ਹ ਕੇ ਇਸ ਚੀਜ਼ 'ਚ ਹਿੱਸਾ ਲਿਆ ਅਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੰਤਰੀ ਸਾਹਿਬ ਦਾ ਇੱਕ ਸਾਲ ਤੋਂ ਬੀਬੀਆਂ ਭੈਣਾਂ ਸਾਡਾ ਬਹੁਤ ਵਿਚਾਰੀਆਂ ਕਰਦੀਆਂ ਹੁੰਦੀਆਂ ਸੀ ਕਿ ਸਾਡਾ ਕੰਮ ਨਹੀਂ ਚੱਲਦਾ ਜਿਹਦੇ ਕੋਲ ਵੀ ਇਹ ਜਾਂਦੇ ਅਸੀਂ ਇਹਨਾਂ ਨੂੰ ਕੋਈ ਨਹੀਂ ਸੀ ਜਵਾਬ ਦਿੰਦੇ ਜਵਾਬ ਹੀ ਦਿੰਦੇ ਸੀ ਕਹਿੰਦੇ ਸੀ ਵੀ ਕੰਮ ਚੱਲ ਨਹੀਂ ਸਕਦਾ ਅਸੀਂ ਇੱਕੋ ਵਾਰੀ ਗਏ ਇਹਨਾਂ ਕੋਲ ਭਾਅ ਜੀ ਇੱਛੇ ਮਾਨ ਜੀ ਕੋਲ ਗਏ ਅਸੀਂ ਸਰ ਜੀ ਕੋਲ ਸਾਨੂੰ ਇਹਨਾਂ ਨੇ ਇੱਕ ਵਾਰੀ ਸੀ ਸਾਨੂੰ ਪੁੱਛਿਆ ਵੀ ਕੀ ਤਕਲੀਫ ਅਸੀਂ ਕਿਹਾ ਜੀ ਸਾਡਾ ਇੱਕ ਸਾਲ ਤੋਂ ਕੰਮ ਬੰਦ ਹੈ ਸਾਡਾ ਚੱਲ ਨਹੀਂ ਗਿਆ ਅਤੇ ਬੀਬੀਆਂ ਬਹੁਤ ਤਕਲੀਫ 'ਚ ਨੇ ਵਿਚਾਰੀਆਂ ਮਜਬੂਰ ਨੇ ਗਰੀਬ ਨੇ ਇਹਨਾਂ ਦੀ ਕੋਈ ਸੁਣਵਾਈ ਨਹੀਂ ਸੀ ਹੋ ਰਹੀ ਸਾਡੀ ਇੱਕ ਵਾਰੀ ਜਾਣ ਤੋਂ ਇਹਨਾਂ ਨੇ ਬਹੁਤ ਹੈਲਪ ਕੀਤੀ